अस्सलाम वालेकुम दोस्तों, उम्मीद करता हूँ कि आप सब खैर वफ़ियत से होंगे। आज जी एक और रेवड़ में मौजूद हैं, तो भाई से पूछेंगे जानवर वगैरह। माशाल्लाह बेहतरीन है, अभी क्वालिटी इम्प्रूव हो रही है जी, ये क्वालिटी अभी इम्प्रूव कर रहे हैं जी, तो पूछेंगे जी। हाँ जी इधर और मां दे पुत्रा सियाणिया प्यो दा तेरा अल्लाह नु जन्नत नसीब देवे ਗੱਲਾਂ ਕੋ ਨਾ ਖਲੋਣਾ ਤੇ ਤੂੰ ਇਹ ਵਾਲੀ ਗੱਲ ਕਰ ਅਜ ਉਹਦੀ ਵੀ ਕੀ ਨਹੀਂ ਕਰ ਦਿੱਤੀ ਉਹ ਦੀਨ ਕਿੱਤਾ ਕਰ ਭੈਣ ਯਾਰ ਤੇਰੀ ਤਸਵੀਰ ਬਣ ਗਿਆ ਤੈਨੂੰ ਚੱਕਣ ਤਾਂ ਨਹੀਂ ਆਏ ਇੱਥੇ ਚੱਕਣਾ ਕਾ ਅਸੋਲਾ ਮਾਫੀ ਦੇਵੇ ਸੰਜ ਸਾਹਿਬ ਇਧਰ ਆਉਣਾ ਜਰਾ ਯਾ ਕੋ ਇੱਕ ਦੋ ਪਾਸ ਨਹੀਂ ਨਹੀਂ ਇੱਕ ਮਿੰਟ ਇੱਥੇ ਖਲੋ ਅੱਛਾ ਇਹ ਹੈ ਨਾ ਬੜੇ ਨਾਮਜ਼ਾ ਜਿਹੜੇ ਸਾਡੇ ਫੈਪ ਨੇ ਆਰਫ ਵਾਲੇ ਜ਼ਿਲ੍ਹਾ ਆਰਫ ਵਾਲੇ ਦੇ ਵਿੱਚ ਬੜੇ ਮਸ਼ਹੂਰ ਖਾਣ ਹਾਂਜੀ ਚੋਰੀ ਆਰਫ ਆਪਾਂ ਕੀ ਉਹਨਾਂ ਚੋਰੀ ਗੁਜਰ ਬੜਾ ਮਸ਼ਹੂਰ ਸੀਗਾ ਅੱਛਾ ਜੀ ਬੜਾ ਨਾਮਜ਼ਾਦ ਬੰਦਾ ਸੀਗਾ ਹਾਂਜੀ ਇੱਥੇ ਕਾਫੀ ਬੰਦੇ ਸੀਗੇ ਜਿਹੜੇ ਜੰਮੇ ਆ ਯਾਰ ਸਿੱਧੀ ਗੱਲ ਆ ਨਾਮਜ਼ਾਦ ਬੰਦੇ ਜਿਹਨਾਂ ਬੱਕੇ ਸ਼ੌਕ ਪਾਇਆ ਨਾ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਇਹ ਕਸੂਰੋਂ ਲਾਲਾ ਇਹ ਲਾਲਾ ਤੀਫਾ ਲਾਲਾ ਸਲਾਮਾ ਜਿਹੜਾ ਦੂਸਰਾ ਵਾ ਇਹ ਦਾ ਨਾਮ ਮਸਵਾ ਜੱਟ ਇਹ ਇੱਕੋ ਹੀ ਫੀਲਡ ਦੇ ਬੰਦੇ ਸਨ ਅੱਛਾ ਜੀ ਇੱਕੋ ਹੀ ਸ਼ੌਕ ਆ ਤੇ ਇੱਕੋ ਹੀ ਬਖਰਾ ਰੱਖਦੇ ਸਨ ਬੂਟੀ ਗੁੱਜਰ ਹਾਂ ਬੂਟੀ ਹੁੰਦੀ ਹੈ ਜਿੰਨਾ ਮਹਿਕਮਨ ਇਹ ਮੁੰਡਾ ਜੀ ਨਾ ਉਹਦਾ ਬਸ ਭੱਲੋ ਦਾ ਦੋ ਜੀ ਆ ਮੁੰਡਾ ਇਹ ਭਾਈ ਸੌਂਚੀ ਹੁੰਦੀ ਨਾ ਇਕੱਠਿਆਂ ਰਲ ਕੇ ਕੀਤਾ ਇਕੱਠੇ ਇਕੱਠੇ ਯਾਰ ਤੁਹਾਡੇ ਜੋ ਵਲ ਤੋਂ ਬਾਅਦ ਤੁਸੀਂ ਬੱਕਰੀਆਂ ਕਿੰਨੀਆਂ ਕਿ ਰੱਖੀਆਂ ਨੇ ਬੱਕਰੀਆਂ ਅਸੀਂ ਰੱਖੀਆਂ ਤੇ ਬਥੇਰੀਆਂ ਅਸੀਂ ਬਲਕੇ ਬੱਕੀਆਂ ਵੇਚੀਆਂ ਹੈਗੀਆਂ ਵਿੱਚ ਇਧਰਲੇ ਪਾਸੇ ਆਣਾ ਵੇਚੀਆਂ ਕਿਸ ਗੱਲ ਤੇ ਦੁਆਲਾ ਤਸਵੀਰ ਭਾਈ ਤੂੰ ਬਣਵਾ ਲਾ ਯਾਰ ਤੈਨੂੰ ਫੜਨ ਲੱਗਾ ਕੋਈ ਅੱਛਾ ਇਹ ਬੱਕਰੀਆਂ ਕਿੰਨੀਆਂ ਘਰਾਂੀਆਂ ਵਾ ਇਹ ਬੱਕਰੀਆਂ ਹੈਗੀਆਂ ਤਿੰਨਾਂ ਘਰਾਂੀਆਂ ਤਿੰਨਾਂ ਘਰਾਂ ਇਹ ਕਿਹੜੇ ਕਿਹੜੇ ਘਰਾਂੀਆਂ ਵਾ ਇਹ ਅਸਗਰ ਗੁਜਰ ਦੀਆਂ ਜੀ ਅੱਛਾ ਬਾਸ ਗੁਜਰ ਦੀਆਂ ਠੀਕ ਹੈ ਤੇ ਭੱਲੋ ਭੱਲੋ ਜੀ ਇਹ ਯਾਨੀ ਕਿ ਤੁਸੀਂ ਇਕੱਠੇ ਸ਼ੌਕ ਕਰਦੇ ਪਏ ਇਕੱਠੇ ਬੱਕਰੀਆਂ ਛੱਡਦੇ ਪਏ ਆ ਇਕੱਠੇ ਜੀ ਠੀਕ ਹੈ ਤੇ ਇਹਨਾਂ ਬੱਕਰੀਆਂ ਦੇ ਵਿੱਚ ਫਾਇਦਾ ਆਇਆ ਕਿ ਬਾਹਰ ਕੰਮ ਕਰਕੇ ਫਾਇਦਾ ਆਇਆ ਇਹਨਾਂ ਬੱਕਰੀਆਂ ਦੀ ਰੱਬ ਨੇ ਬਹੁਤ ਜ਼ਿਆਦਾ ਕਮਾਈ ਦਿੱਤੀ ਬਹੁਤ ਦਿੱਤੀ ਆ ਯਾਨੀ ਕਿ ਇਹਨਾਂ ਦੀ ਕਮਾਈ ਵੀ ਹੈਗੀ ਆ ਤੇ ਇੱਜ਼ਤ ਵੀ ਹੈਗੀ ਆ ਇੱਜ਼ਤ ਵੀ ਹੈਗੀ ਆ ਠੀਕ ਹੈ ਇਹ ਨਾਮ ਤੇਰਾ ਕੀ ਆ ਹਾਂਜੀ ਗਾਣਾ ਤੇ ਬੜਾ ਬਹੁਤ ਕਰਦੇ ਨੇ ਮਿੱਤਰੋ ਤੇ ਅੱਛਾ ਇਹ ਸ਼ਬੀਰ ਸਾਹਿਬ ਹਾਂਜੀ ਤੇ ਕਿੰਨੇ ਭਾਈ ਤੁਸੀਂ ਬੱਕਰੀਆਂ ਧੋਣੀ ਆ ਉਹ ਭਾਈ ਇੱਕ ਦਿਨ ਲੈਦਾ ਬੱਕਰੀਆਂ ਉਹਦੀਆਂ ਲੈਦਾ ਵਾ ਹਾਂ ਤੇਰੀਆਂ ਕੱਲੇ ਦੀਆਂ ਲੈਦਾ ਵਾ ਹਾਂਜੀ ਉਹ ਪਿੰਡ ਨਰਮਾ ਚੜੀ ਜਾਂਦਾ ਅੱਛਾ ਚਲੋ ਉਹਨੂੰ ਵੀ ਮਿਲ ਲੈਣਾ ਅੱਲਾ ਖੈਰ ਕਰੇ ਬਾਕੀ ਜਿਹੜਾ ਤੁਸੀਂ ਸ਼ੌਂਕ ਕਰਦਾ ਬੱਕਰੀਆਂ ਦਾ ਉਹ ਵਿਖਾਉਣਾ ਲੋਕਾਂ ਨੂੰ ਤੇ ਮੈਂ ਦਿਖਾ ਜਿਹੜੀ ਤੈਨੂੰ ਬੱਕਰੀ ਤੇਰੀਆਂ ਘਰ ਦੀਆਂ ਬੱਕਰੀਆਂ ਨਹੀਂ ਵਿਖਾਉਣਾ ਯਾਰ ਸਾਰੀਆਂ ਮੈਂ ਇੱਕੋ ਹੀ ਯਾਰ ਬੱਕਰੀ ਆ ਬੱਕਰੀ ਦੇ ਫੜਨ ਆ ਇਹਨੂੰ ਫੜ ਕੇ ਰੱਖ ਲੋ ਖਲੋ ਐਂ ਦੱਸ ਲੈ ਇਹ ਲੈ ਬਾਹਰ ਲਿਆ ਟੋਪੀ ਰੱਖ ਲੈ ਟੋਪੀ ਰੱਖ ਲੈ ਇੱਥੇ ਲਿਆ ਉਹ ਲਿਆ ਸਾ ਸਾ ਇੱਕ ਦੋ ਹੋਰ ਫੜ ਕੇ ਕਰ ਦਿਓ ਐਦਾਂ ਨਾ ਉਹ ਲੈ ਮੈਨੇ ਖਾ ਦੇ ਆ ਜੀ ਇਹਨਾਂ ਦਾ ਸ਼ੌਕ ਜੇ ਬਾਬਾ ਜੀ ਇਹਨਾਂ ਦੇ ਅੱਬਾ ਜੀ ਤੁਸੀਂ ਜਾਣਦੇ ਆ ਨਾ ਜਾਣਦੇ ਬਹੁਤ ਸ਼ਿਕਾਰੀ ਸੀ ਬਾਈ ਕਿੰਨੇ ਕੁ ਬੱਕਰੀ ਪਹਿਲੇ ਰੱਖਦੇ ਰਹੇ ਬੱਕਰੀ ਪਹਿਲੋਂ ਕੋਈ ਹੁੰਦੀਆਂ 40-50 ਮਾਸ਼ਾਅੱਲਾ ਸਾਰੀਆਂ ਬੜੀ ਚੰਗੀ ਬੱਕਰੀ ਹੁੰਦੀ ਸੀ ਅੱਛਾ ਜੀ ਮਾਸ਼ਾਅੱਲਾ ਤੇਰੇ ਸਾਈ ਵਾਲੇ ਆ ਭਾਈ ਨੂੰ ਪਤਾ ਉਹਨਾਂ ਚੰਗੀ ਬੱਕਰੀ ਛੱਡਦਾ ਹੀ ਨਹੀਂ ਸੀ ਅੱਛਾ ਜੀ ਨਹੀਂ ਰਾਵੀ ਬੱਕਰੀ ਇੱਕ ਬੜੀ ਮਸ਼ਹੂਰ ਸੀਗੀ ਹਾਂਜੀ ਔਰ ਬੰਦਾ ਵੀ ਉਹ ਗੱਲ ਵਾਲਾ ਸੀਗਾ ਐਵੇਂ ਉਹਦੀ ਕੰਡ ਸੁਣਨ ਦੀ ਅੱਲਾ ਨੂੰ ਜੰਨਤ ਨਸੀਬ ਦੇਵੇ ਅਸੀਂ ਤਾਂ ਬਾਈ ਕੱਲ ਜੰਮੇ ਆ ਹਾਂਜੀ ਰੋਜੀ ਪਾ ਕਮਾਈ ਫਿਰਦਾ ਹਰ ਬੰਦੇ ਟੋਕੀ ਰੱਖ ਲੈ ਯਾਰ ਟੋਕੀ ਦੀ ਨਾ ਵਿੱਚੇ ਫੋਟੋ ਬਣਾਈ ਜਾਵੀ ਲਓ ਜੀ ਅੱਛਾ ਹੁਣ ਇਹਨਾਂ ਦੇ ਵਿੱਚ ਉਦੋਂ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹੁੰਦੇ ਆ ਬੱਚੇ ਵੇਚ ਕੇ ਗੁਜ਼ਾਰਾ ਕਰਦੇ ਆ ਬੱਚੇ ਵੀ ਵੇਚ ਕੇ ਕਰੀਦਾ ਗੁਜ਼ਾਰਾ ਜੀ ਅੱਛਾ ਹਾਂਜੀ ਅੱਲਾ ਪਾਕ ਦਾ ਸ਼ੁਕਰ ਯਾਨੀ ਕਿ ਤੂੰ ਬੱਕਰੀਆਂ ਛੱਡ ਕੇ ਪਛਤਾਇਆ ਸੀ ਕਿ ਪਛਤਾਇਆ ਨਹੀਂ ਛੱਡ ਕੇ ਪਛਤਾਇਆ ਛੱਡ ਕੇ ਪਛਤਾਇਆ ਸੀ ਜੇ ਕਹਿੰਦੇ ਵਿੱਚ ਤੁਹਾਡਾ ਮਾਂ ਪਿਓ ਦੇ ਨਾਮ ਰੋਸ਼ਨ ਹੈ ਕਿਉਂਕਿ ਆਪਣਾ ਇਹ ਸ਼ੌਕੀਨੀ ਚੌਂਕ ਜਿਵੇਂ ਆਪਾਂ ਨਕਲ ਬਨਕਲ ਚੱਲੀ ਜਾ ਰਹੇ ਹਾਂ ਹਾਂਜੀ ਅਤੇ ਇਹ ਬੜੀ ਅੱਛੀ ਗੱਲ ਆ ਬਾਕੀ ਬੱਕਰੀਆਂ ਤੇਰੀਆਂ ਕਰਾਸ ਹੋਈਆਂ ਕਿਹੜੇ ਬੱਕਰੇ ਕੋਲੋਂ ਅੱਛਾ ਅੱਛਾ ਕੋਲੋਂ ਇਹ ਬੱਕਰਾ ਘਰ ਦਾ ਕਿ ਬਾਹਰੋਂ ਮੁੱਲ ਲਿਆ ਅੱਛਾ ਅੱਛਾ ਲਿਆਸ ਗੁਜਰ ਕੋਲ ਲਿਆ ਸੀ ਕੋਈ ਲਿਆ ਛੋਟਾ ਥੋੜਾ ਲਿਆ ਠੀਕ ਹੈ ਜੀ ਲਿਆਸ ਕੋਲੋਂ ਕਹਿੰਦੇ ਪਟੋਰਾ ਲਿਆ ਅਤੇ ਬਾਕੀ ਇਹਨੇ ਵੀ ਛੱਡ ਦਿੱਤੀਆਂ ਸੀ ਇਹਨਾਂ ਵੀ ਛੱਡ ਦਿੱਤੀਆਂ ਮਾਸ਼ਾਅੱਲਾ ਚਲੋ ਇੰਨੀ ਬਰਫਬਾਰੀ ਆ ਵੀ ਜਿਹੜਾ ਸ਼ੌਕ ਕਰਨ ਦੇ ਦੁਬਾਰਾ ਫਿਰ ਸ਼ੁਰੂ
13 97 13 97 452 452 ਇਹ ਬੱਕਰੀ ਉਹ ਉੱਧਰ ਲੈ ਗਿਆ ਸਰ ਤੁਸੀਂ ਪਰਲੀ ਸਾਈਡ 'ਤੇ ਚਲ ਜਿਓ ਹੋ ਜਿਓ ਐਵੇਂ ਹਾਂ ਇੱਥੇ ਰੱਖਿਓ ਇੱਥੇ ਰੱਖਿਓ ਤਸਵੀਰ ਲੈਣੀ ਹੈ ਥੋੜ੍ਹੇ ਅਗਲੇ ਪੈਰ ਸਿੱਧੇ ਕਰਿਓ ਠੀਕ ਹੋ ਗਿਆ ਬੱਕਰੀ ਚੈੱਕ ਕਰਾ ਦੀ ਜਿਹੜੀ ਆਹ ਖਾਂਦੀ ਪਈ ਆ ਸਾਹਮਣੇ ਆਹ ਪਰਲੀ ਇਸ ਤੋਂ ਪਰਲੀ ਕਾਲੀ ਡੱਬ ਹਾਂ ਡੱਬੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਖਾਲੀ ਨਹੀਂ ਇਹ ਗੱਪਣਾ ਭਾਈ ਅੱਛਾ ਕਿੰਨੇ ਮਹੀਨਿਆਂ ਦੀ ਇਹ ਗੱਪਣਾ ਹੈਗੀ ਤਕਰੀਬਨ 3.5 ਮਹੀਨਿਆਂ ਦੀ ਮਾਸ਼ਾਅੱਲਾ ਕਿਸ ਬੱਕਰੇ ਕ੍ਰਾਸ ਹੋਈ ਹੈ ਇਹ ਬੱਕਰੇ ਵੱਡੇ ਲਿਆ ਤੇ ਉਹਦੀ ਲਿਆਸ ਕੁੱਤਰਿਆਂ ਕੋਲੋਂ ਲੈਲਾ ਲਿਆਂਦਾ ਸੀ ਉਹਨਾਂ ਤੋਂ ਕ੍ਰਾਸ ਹੋਈ ਤੁਸੀਂ ਉਹਨਾਂ ਦੇ ਘਰੋਂ ਲਿਆਂਦਾ ਹਾਂਜੀ ਬਿਲਕੁਲ ਉਹਨਾਂ ਦੇ ਘਰੋਂ ਲਿਆਂਦਾ ਕਿੱਡਾ ਸੀ ਉਦੋਂ ਇਹ ਲਿਆਰਾ ਬੱਚਾ ਲਿਆਂਦਾ ਸੀ ਅਸੀਂ ਦੁੱਧ ਪੀਂਦਾ ਲਿਆ ਸੀ ਅੱਛਾ ਜੀ ਕਿਤਨੇ ਦਾ ਮਿਲਿਆ ਇਹ ਉਦੋਂ ਲਿਆਂਦਾ ਸੀ 50,000 ਦਾ ਜੰਮ ਦਾ ਬੱਚਾ ਲਿਆਂਦਾ ਸੀ ਮਾਸ਼ਾਅੱਲਾ ਤੋਂ ਇਹ ਬੱਕਰੀ ਹੁਣ ਕਿੰਨੇ ਸਵੇ ਸੋ ਚੁੱਕੀ ਹੈ ਇਹਨਾਂ ਚੌਥਾ ਸੋਣਾ ਜੀ ਹੁਣ ਅੱਛਾ ਜੀ ਇਹਦੇ ਵੀ ਮਾਸ਼ਾਅੱਲਾ ਚੈੱਕ ਕਰ ਰਹੇ ਜੀ ਕਾਲੇ ਡੱਬੇ ਕਲਰ ਮੈਂ ਕਰ ਰਹੇ ਹਾਂ ਸ਼ੌਂਕ ਤੋ ਨਾਗਰਾ ਵੀ ਨਾਲ ਕਰ ਰਹੇ ਜੇ ਬੱਕਰਾ ਛੱਡਿਆ ਨਾਗਰਾ ਜੀ ਮਾਸ਼ਾਅੱਲਾ ਤੋ ਸ਼ੇਰੀਆਂ ਕੁਝ ਦਾ ਵੀ ਸ਼ੋਅ ਕਰ ਰਹੇ ਨਾਲ ਨਾਲ ਤਿੰਨ ਚਾਰ ਸ਼ੇਰੀਆਂ ਹਾਂਜੀ ਉਹੀ ਇੱਕ ਦੋ ਮੈਂ ਕਿਹਾ ਸ਼ੋਅ ਕਰ ਰਹੇ ਅੱਛਾ ਕਰ ਰਹੇ ਹਾਂ ਮਾਸ਼ਾਅੱਲਾ ਜੀ ਤੋ ਕੋਈ ਪੱਠ ਪੁੱਠ ਆਪਣੇ ਕੋਈ ਹੈਗੀ ਜੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਤੁਹਾਡੇ ਸ਼ੌਂਕ ਦੇ ਹਿਸਾਬ ਨਾਲ ਉਹ ਵਿਖਾ ਦਿਓ ਇੱਕ ਦੋ ਕਿ ਤੁਸੀਂ ਕਹਿ ਬਸ ਇਹੀ ਵਿਖਾ ਦਿਓ ਉਹ ਬੱਕਰੇ ਦੀਆਂ ਕੋਈ ਪੱਠਾਂ ਪੁੱਠਾਂ ਜੰਮੀਆਂ ਗਾ ਅੱਛਾ ਜੀ ਮਾਸ਼ਾਅੱਲਾ ਜੀ ਇਹ ਚੈੱਕ ਕਰੇ ਜੀ ਕਾਲੇ ਡੱਬੇ ਮੇ ਕਿੰਨੇ ਕੁ ਮਹੀਨਿਆਂ ਦੀ ਹੋ ਗਈ ਹੈ ਛੇ ਕੁ ਮਾਂ ਕੀ ਹੋ ਗਈ ਹੈ ਚੈੱਕ ਕਰੇ ਜੀ ਬਿਹਤਰੀਨ ਹੈ ਇਹਦੀ ਮਾਂ ਹੈਗੀ ਆਪਣੇ ਕੋਲ ਅੱਛਾ ਜੀ ਠੀਕ ਹੋ ਗਿਆ ਅੱਛਾ ਉਸ ਬੱਕਰੇ ਦੇ ਨੇ ਲਿਆਸ ਵਾਲੇ ਬੱਕਰੇ ਦੇ ਅੱਛਾ ਮਾਸ਼ਾਅੱਲਾ ਬਿਹਤਰੀਨ ਹੈ ਅੱਛਾ ਸ਼ੇਰੀ ਬੱਕਰੀ ਇਹ ਕਿੰਨਾ ਸਵਾ ਇਹਦਾ ਮਾਸ਼ਾਅੱਲਾ ਲਾਲ ਸ਼ੇਰੇ ਮੈਂ ਆ ਜੀ ਇਹਦੇ ਉੱਤੇ ਬੱਕਰਾ ਹੈ ਨਾਗਰਾ ਕ੍ਰਾਸ ਕਰਾਇਆ ਜਾਂ ਸ਼ੇਰਾ ਕੋਈ ਨਹੀਂ ਜੀ ਇਹਨੇ ਤਾਂ ਬੱਕਰਾ ਨਾਗਰਾ ਕ੍ਰਾਸ ਕਰਾਇਆ ਇੱਥੇ ਬੱਕਰੀਆਂ ਆਈਆਂ ਹੋਈਆਂ ਰਹਿਮਾਨ ਮਲਕ ਦੀਆਂ ਉਹਦੇ ਵਾਲਾ ਬੱਕਰਾ ਕ੍ਰਾਸ ਅੱਛਾ ਜੀ ਚਲੋ ਠੀਕ ਹੋ ਗਿਆ ਚਲੇ ਜੀ ਕੋਈ ਭਾਰੂ ਸੇਲ ਵਾਸ ਵੀ ਹੋਏ ਤਾਂ ਦੋਸਤਾਂ ਨੂੰ ਮਿਲ ਸਕਦਾ ਇਨਸ਼ਾਅੱਲਾ ਲਾਜ਼ਮੀ ਜੀ ਲੈਣਾ ਹਰ ਸ਼ਾਮ ਠੀਕ ਹੋ ਗਿਆ ਜੀ ਵੀਡੀਓ ਐਂਡ ਕਰਤੇ ਹਾਂ ਬਾਈ ਨੇ ਕੋਈ ਜਾਨਵਰ ਵਗੈਰਾ ਲੈਣਾ ਹੋ ਤੋ ਦੇ ਦੇਂਗੇ ਤੋ ਜਾਨਵਰ ਮਾਸ਼ਾਅੱਲਾ ਕਿੰਨੇ ਕੁ ਜਾਨਵਰ ਮੌਜੂਦ ਹੈ ਇਸ ਟਾਈਮ 110 ਬੱਕਰੀ ਮੌਜੂਦ ਹੈ ਮਾਸ਼ਾਅੱਲਾ ਠੀਕ ਹੋ ਗਿਆ